ਭੀਖ ਮੰਗਣਾ ਨਾ ਕੇਵਲ ਇੱਕ ਸ਼ਰਾਪ ਹੈ ਬਲਕਿ ਸਮਾਜ ਵਿੱਚ ਇਹ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਕਿ ਪੀੜ੍ਹੀ ਦਰ ਪੀੜ੍ਹੀ ਫੈਲਦੀ ਰਹਿੰਦੀ ਹੈ ਅਤੇ ਸਮਾਜ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਜਿੰਨੇ ਕਸੂਰਵਾਰ ਉਹ ਲੋਕ ਹਨ ਜਿਹੜੇ ਕਿ ਭੀਖ ਮੰਗਦੇ ਹਨ, ਉਨੇ ਹੀ ਉਹ ਲੋਕ ਵੀ ਹਨ ਜਿਹੜੇ ਕਿ ਭੀਖ ਦਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਇਹ ਵਿਸ਼ਵਾਸ ਦਵਾਇਆ ਕਿ ਉਹ NGO ਦੇ ਸਹਿਯੋਗ ਦੇ ਨਾਲ ਪਟਿਆਲਾ ਸ਼ਹਿਰ ਨੂੰ ਜਲਦੀ ਹੀ ਭੀਖ ਮੁਕਤ ਸ਼ਹਿਰ ਬਣਾਉਣਗੇ। ਇਸ ਤਰ੍ਹਾਂ ਉਹਨਾਂ ਨੇ ਦਿਖਾਇਆ ਕਿ ਜਿਹੜੇ ਬੱਚੇ ਬੈਗਿੰਗ ਕਰਦੇ ਨੇ, ਜੇ ਉਹਨਾਂ ਨੂੰ ਕੁਝ ਸਿੱਖਿਆ ਦਿੱਤੀ ਜਾਏ ਤਾਂ ਆਪਣਾ ਕੋਈ ਕੰਮ ਕਰਨ, ਇਹਦੇ ਵਿੱਚ ਜਿਹੜੀ ਆਪਣੀ ਸੈਲਫ ਇਸਟੀਮ ਹੁੰਦੀ ਹੈ, ਆਪਣਾ ਜਿਹੜਾ ਪ੍ਰਾਈਡ ਹੁੰਦੀ ਹੈ ਆਪਣੇ ਆਪ ਦੇ ਵਿੱਚ, ਉਹ ਵੀ ਵਧੀਆ ਬੰਦਾ ਬਣਾਉਂਦੀ ਹੈ ਤਾਂ ਉਹ ਵੀ ਆਊਗੀ। ਮੇਰੇ ਖਿਆਲ 'ਚ ਜਿਹੜੇ NGOs ਨੂੰ ਔਰ ਜਿਹੜਾ ਅਫਸਰ ਪ੍ਰੋਗਰਾਮ ਹੈ ਇਹਦੇ ਨਾਲ ਰਲ ਕੇ ਬਹੁਤ ਵਧੀਆ ਸ਼ੁਰੂਆਤ ਹੋਈ। ਮਾਇਰ ਸਾਹਿਬ, ਜਿਹੜੇ ਗਰੀਬ ਬੱਚੇ ਪੜ੍ਹਨਾ ਚਾਹੁੰਦੇ ਕਿ ਪੰਜਾਬ ਸਰਕਾਰ ਉਹਨਾਂ ਦੇ ਸਕੂਲ ਫੀਸ ਮਾਫ ਜਾਂ ਜਿਹੜੇ ਬੈਗਿੰਗ ਕਰਦੇ ਉਹਨਾਂ ਵਾਸਤੇ ਕੁਝ ਐਕਸਟਰਾ ਕਰ ਰਹੀ ਹੈ ਸਰਕਾਰ? ਜ਼ਰੂਰ ਕਰਾਂਗੇ, ਜਿਸ ਤਰ੍ਹਾਂ ਵੀ ਹੋ ਸਕਦਾ ਅਸੀਂ ਇਹਨੂੰ ਲੈ ਕੇ ਐਸ ਪਰ ਜਿਸ ਤਰ੍ਹਾਂ ਦੇ ਬੱਚੇ ਹੋਣਗੇ ਉਹਦੇ ਮੁਤਾਬਕ, ਕਿਸ ਕਲਾਸ ਦੇ ਨੇ, ਕਿਸ ਤਰ੍ਹਾਂ ਦੇ ਨੇ, ਕੀ ਉਹਨਾਂ ਦਾ ਫਾਈਨੈਂਸ਼ੀਅਲ ਸਟੇਟਸ ਹੈ, ਉਹਦੇ ਮੁਤਾਬਕ ਜ਼ਰੂਰ ਮਦਦ ਕਰਾਂਗੇ। ਪਟਿਆਲਾ ਤੋਂ ਬਲਿੰਦਰ ਬਿੰਨੀ ਦੀ ਰਿਪੋਰਟ, ਚੈਨਲ 2।